पंजाबी नैशनल टीवी वेख रहे सारे ही दर्शकों का बहुत बहुत स्वागत, सारे ही दर्शकों नूं प्यार ते सत्कार सहि सति श्री अकाल। मैं सुखबीर गरेवाल आप जी लिए प्रोग्राम लेके हाजिर हाँ जी। बियॉन्ड द हैडलाइनस, पिछले हफ्ते दौरान मुल्क विच विदेश विच की कुछ वापरिया, अज इहदे बारे गल्लां करांगे। आओ मेहमान का स्वागत करिए। अज मेरे नाल शामिल हो रहे ने जितेंद्र चीमा जी। चीमा साहब बहुत बहुत स्वागत जी। बहुत बहुत शुक्रिया गरेवाल साहब और पंजाबी नैशनल टीवी वेखण वाले दर्शकों को मेरी प्यार भरी सत श्री अकाल जी। चीमा साहब, आले दुआले का बहुता कुछ बिखरिया पिया है जी, खबरां बहुते चंगिया नहीं आ रही। पिछले कई दिनों तो जिहड़ा खासकर हाईवे 1 आ वह इन्नी क बुरी तरह प्रभावित होया, वजह की सी कि हड़ इन्नी वड्डी पत्थर ते आ गया जी। एक पासे तां हड़ां दी मार ते कहा यह जा रहा है कि इस हड़ां दा जिहड़ा है लम्मा की प्रभाव पएगा, पता नहीं कैनेडा दी इकोनमी दे उपर ते किन्ने बिलियनस दा जिहड़ा असर पएगा जी। कोई है एस्टीमेट कि कैनेडा दी इकोनमी इस हड़ां तो किन्नी क देर बाद मुड़ अपनियां वापस लीहां ते आ सकेगी? गरेवाल साहब, नो डाउट जिहड़ा ये फ्लड आए ने BC दे विच, इन्हां दा बहुत वड्डा आने वाले टाइम दे विच जिहड़ा कैनेडा दी इकोनमी, जिवें कि आपां देख रहे सीगे कि भी कोविड तो बाद हौली हौली जिहड़ी आ जिहड़ी आर्थिकता वा अपने पैरां ते आ रही सी जी। लेकिन जिहड़ा ये जिहड़ा नैचुरल डिजास्टर आया वा जिहदे विच बड़े बहुत वड्डी लैवल दे उत्ते जिहड़े फ्लड्स आए ने BC दे विच, जिन्ने आलमोस्ट जिहड़ा टोटल लोअर मेनलैंड एरिया वा वैनकूवर दा उहनू सारे वर्ल्ड दे नालों तोड़ दित्ता वा। बाई रोड जिन्ने भी उहनां दे मेन चार हाईवे आ जिन्हां 'च आपां तुसीं गल जिक्र कीता सी ट्रांस कैनेडा हाईवे 1 दा, ਉਹ ਸਾਰਾ ਕੱਟਿਆ ਗਿਆ ਵਾ। ਸੋ ਉਹਦੇ ਕਰਕੇ ਕੀ ਹੋ ਰਿਹਾ ਵਾ ਕਿ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਵਾ ਜਿਹੜੀ ਵੈਨਕੂਵਰ ਦੀ ਪੋਰਟ ਹੈ ਜਿਹੜੀ ਬੰਦਰਗਾਹ ਵਾ ਉਹ ਕੈਨੇਡਾ ਦੀ ਜਿਹੜੀ ਆ ਸਭ ਤੋਂ ਵੱਡੀ ਬੰਦਰਗਾਹ ਜਿਹੜੀ ਉਹ ਗਿਣੀ ਜਾਂਦੀ ਆ। ਔਰ ਇੱਕ ਐਸਟੀਮੇਟ ਦੇ ਹਿਸਾਬ ਨਾਲ ਜਿਹੜੀ ਉਸ ਬੰਦਰਗਾਹ ਤੋਂ ਜਿਹੜਾ ਟੋਟਲ ਵਪਾਰ ਆ, ਮੈਂ ਪਰ ਵੀਕ ਦੀ ਗੱਲ ਕਰ ਰਿਹਾ ਵਾ, 550 ਮਿਲੀਅਨ ਦੇ ਕਰੀਬ ਜਿਹੜਾ ਵਾ ਉੱਥੇ ਉਸ ਪੋਰਟ ਤੋਂ ਵਪਾਰ ਹੁੰਦਾ ਵਾ, ਯਾਨੀ ਕਿ ਉੱਥੋਂ ਮਾਲ ਜਾਂਦਾ ਵੀ ਹੈ ਔਰ ਮਾਲ ਆਉਂਦਾ ਵੀ ਆ। ਔਰ ਕੈਨੇਡਾ ਦੇ ਵਿੱਚ ਜਿਹੜਾ ਮੈਕਸੀਮਮ ਜਿਹੜਾ ਇੰਪੋਰਟ ਹੈ ਉਹ ਵੈਨਕੂਵਰ ਪੋਰਟ ਰਾਹੀਂ ਹੁੰਦਾ ਵਾ। ਇਸ ਤੋਂ ਇਲਾਵਾ ਜਿਹੜੀ ਇਹ ਇੰਨੀ ਇੰਪੋਰਟੈਂਟ ਬੰਦਰਗਾਹ ਵਾ ਜਿਹੜੀ ਵੈਨਕੂਵਰ, ਇਹਦਾ ਜਿਹੜਾ ਵਿਦ ਅਦਰ ਪ੍ਰੋਵਿੰਸਿਸ ਨੇ ਕੈਨੇਡਾ ਦੀਆਂ, ਉਹ ਪਰ ਵੀਕ 300 ਤੋਂ ਲੈ ਕੇ 350 ਮਿਲੀਅਨ ਦਾ ਜਿਹੜਾ ਵਪਾਰ ਬਾਕੀ ਪ੍ਰੋਵਿੰਸ ਦੇ ਨਾਲ ਵੀ ਹੁੰਦਾ ਜੀ। ਹੁਣ ਮੌਜੂਦਾ ਸਥਿਤੀ ਵਿੱਚ ਜੋ ਉੱਥੇ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਜਦੋਂ ਥਰੂ ਲੈਂਡ ਲਗਭਗ ਕੱਟਿਆ ਗਿਆ ਵਾ ਵੈਨਕੂਵਰ ਲੋਅਰ ਮੇਨਲੈਂਡ, ਉਹਦੇ ਕਰਕੇ ਉੱਥੇ ਜਿੰਨਾ ਵੀ ਮਾਲ ਜਿਹੜਾ ਇੰਪੋਰਟ ਕੀਤਾ ਗਿਆ ਸੀਗਾ ਉਹ ਸਾਰੇ ਦਾ ਸਾਰਾ ਮਾਲ ਉੱਥੇ ਰੁਕਿਆ ਪਿਆ ਵਾ। ਜਿਹੜੇ ਸ਼ਿਪ ਨੇ ਉਹ ਖੜ੍ਹੇ ਨੇ, ਉਹਨਾਂ ਉੱਤੇ ਜਿਹੜੇ ਕੰਟੇਨਰਸ ਨੇ ਉਹ ਐਜ਼ ਸੱਚ ਖੜ੍ਹੇ ਨੇ। ਉਸ ਤੋਂ ਇਲਾਵਾ ਕੁਛ ਮਾਲ ਪੈਰੀਸ਼ੇਬਲ ਵੀ ਹੈਗਾ ਜਿਹਦੇ ਵਿੱਚ ਫੂਡ ਆਈਟਮਸ ਹੈਗੀਆਂ ਨੇ, ਜੇ ਉਹ ਬਹੁਤਾ ਟਾਈਮ ਰਹਿ ਗਿਆ ਤਾਂ ਉਹ ਖਰਾਬ ਹੋ ਜਾਣਗੇ। ਸੋ ਉਹਦੇ ਨਾਲ ਇਹ ਇੰਪੈਕਟ ਹੋਏਗਾ ਕਿ ਇਹ ਜਿਹੜਾ ਇੰਪੋਰਟ ਕੀਤਾ ਗਿਆ ਮਾਲ ਸੀਗਾ ਕਿ ਜਦੋਂ ਸਾਰੀਆਂ ਪ੍ਰੋਵਿੰਸ ਦੇ ਵਿੱਚ ਜਾਣਾ ਸੀਗਾ ਉਹ ਰੁਕ ਗਿਆ ਵਾ। ਉਹ ਜਿਹੜਾ ਅੱਗੇ ਤੁਹਾਨੂੰ ਪਤਾ ਵੀ ਕ੍ਰਿਸਮਿਸ ਦਾ ਬੜਾ ਇਹ ਜਿਹੜਾ ਵਾ ਹੋਲੀਡੇ ਸੀਜ਼ਨ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ, ਜਿਹਦੇ ਵਿੱਚ ਮੈਕਸੀਮਮ ਜਿਹੜੀ ਆ ਖਰੀਦੋ ਫਰੋਖਤ ਹੁੰਦੀ ਆ, ਲੋਕ ਗਿਫਟ ਦਿੰਦੇ ਆ, ਆਦਾਨ ਪ੍ਰਦਾਨ ਕਰਦੇ ਆ, ਮੈਕਸੀਮਮ ਸ਼ੋਪਿੰਗ ਹੁੰਦੀ ਆ, ਉਹ ਸਾਰਾ ਕੁਛ ਜਿਹੜਾ ਵਾ ਉਹਦੇ ਉੱਤੇ ਇੰਪੈਕਟ ਪਏਗਾ, ਜਿਹਦੇ ਕਰਕੇ ਸਭ ਤੋਂ ਵੱਡਾ ਇੰਪੈਕਟ ਰਿਟੇਲਰਸ 'ਤੇ ਪਏਗਾ ਜੀ। ਉਦੋਂ ਹੁਣ ਦੇਖੋ ਇਹਦੇ ਰਿਪਲਿੰਗ ਇਫੈਕਟ ਕੀ ਹੈ, ਜਦੋਂ ਪੋਰਟ ਦੇ ਉੱਤੇ ਹੁਣ ਕੋਈ ਚੀਜ਼ ਅਨਲੋਡ ਨਹੀਂ ਹੋ ਰਹੀ, ਜਿਹੜੀ ਅਨਲੋਡ ਹੋਈ ਵੀ ਸੀਗੀ ਉਹਨਾਂ ਨੂੰ ਉਹਨਾਂ ਨੇ ਵੇਅਰ ਹਾਊਸ ਦੇ ਵਿੱਚ ਜਿਹੜਾ ਵੇਅਰ ਹਾਊਸ ਦੀ ਵੀ ਉੱਥੇ ਜਿਹੜੀ ਸਪੇਸ ਦੀ ਸ਼ੋਰਟੇਜ ਆ ਗਈ ਆ, ਉਹਨਾਂ ਨੂੰ ਨਹੀਂ ਲੱਭ ਰਿਹਾ ਵੀ ਹੁਣ ਇਸ ਜਿਹੜਾ ਬਾਕੀ ਦਾ ਮਾਲ ਆ ਉਹ ਕਿੱਥੇ ਸਟੋਰ ਕੀਤਾ ਜਾਵੇ। ਸੋ ਸੜਕਾਂ ਦੇ ਟੁੱਟਣ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਸੀਗੀ ਉਹ ਵੀ ਰੁਕ ਗਈ ਆ। ਹੁਣ ਟਰਾਂਸਪੋਰਟੇਸ਼ਨ ਦੇ ਰੁਕਣ ਕਰਕੇ ਜਿਹੜੇ ਟਰੱਕਾਂ ਦੀ ਜਿਹੜੇ ਲੋਕਾਂ ਦਾ ਕਾਰੋਬਾਰ ਟਰੱਕਿੰਗ ਦੇ ਵਿੱਚ ਸੀਗੇ ਉਹ ਵੀ ਇੰਪੈਕਟ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਇੰਪੈਕਟ ਤੋਂ ਦੂਜਾ ਇੰਪੈਕਟ ਹੋ ਗਿਆ, ਇਹਦੇ ਨਾਲ ਕੀ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਇਹ ਹੁਣ ਕੋਸ਼ਿਸ਼ ਤਾਂ ਪੂਰੀ ਕਰ ਰਹੀ ਹੈ ਫੈਡਰਲ ਗੌਰਮੈਂਟ ਵੀ ਔਰ ਪ੍ਰੋਵਿੰਸ਼ੀਅਲ ਗੌਰਮੈਂਟ ਵੀ, ਕਿਸੇ ਤਰ੍ਹਾਂ ਜਿਹੜੇ ਆ ਛੇਤੀ ਤੋਂ ਛੇਤੀ ਜਿਹੜੇ ਆ ਇਹ ਹਾਈਵੇ ਜਿਹੜੇ ਆ ਦੁਬਾਰਾ ਚਾਲੂ ਕਰ ਦਿੱਤੇ ਜਾਣਗੇ, ਲੇਕਿਨ ਇਹਨਾਂ ਵਿੱਚ ਅਜੇ ਵੀ ਬਹੁਤ ਟਾਈਮ ਲੱਗੇਗਾ। ਉਹ ਜਿਹੜਾ ਸਭ ਤੋਂ ਵੱਡਾ ਗਰੇਵਾਲ ਸਾਹਿਬ ਜਿਹੜਾ ਸਭ ਤੋਂ ਇੰਪੈਕਟ ਹੋਇਆ ਕਿ ਰੇਲ ਲਾਈਨ ਜਿਹੜੀਆਂ ਨੇ, ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਕੈਨੇਡਾ ਦੀਆਂ ਦੋ ਮੁੱਖ ਜਿਹੜੀਆਂ ਰੇਲਵੇ ਸਰਵਿਸ ਦਿੰਦੀਆਂ ਨੇ CP ਰੇਲ ਔਰ CN ਰੇਲ, ਉਹ ਜਿਹੜੀਆਂ ਉਹਨਾਂ ਦੀਆਂ ਰੇਲ ਜਿਹੜੀ ਆ ਰੇਲ ਉਹਨਾਂ 'ਤੇ ਇੰਨਾ ਜ਼ਿਆਦਾ ਉਹਦੇ ਉੱਤੇ ਅਸਰ ਪਿਆ ਕਿ ਉਹਨਾਂ ਦੇ ਜਿਹੜੇ ਡਿਸਕਨੈਕਟ ਹੋ ਗਈ ਆ, ਉਹ ਲਾਈਨਾਂ ਉੱਥੋਂ ਉੱਡ ਗਈਆਂ ਨੇ, ਜਿਹਦੇ ਕਰਕੇ ਸਭ ਤੋਂ ਵੱਡਾ ਇਹ ਹੈ ਕਿ ਚਾਹੇ ਟਰੈਕਿੰਗ ਵੀ ਹੌਲੀ ਹੌਲੀ ਸ਼ੁਰੂ ਹੋ ਜਾਏਗੀ ਲੇਕਿਨ ਰੇਲਵੇ ਲਾਈਨਾਂ ਨੂੰ ਰਿਪੇਅਰ ਕਰਨ ਉੱਤੇ ਕਾਫੀ ਟਾਈਮ ਲੱਗ ਸਕਦਾ। ਉਹ ਜਿਹੜਾ ਮੇਜਰ ਉੱਥੋਂ ਇੰਪੋਰਟ ਔਰ ਐਕਸਪੋਰਟ ਹੁੰਦਾ ਵਾ ਉਸ ਬੰਦਰਗਾਹ ਤੋਂ, ਉਹ ਰੇਲਵੇ ਦਾ ਉਹ ਤੋਂ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈਗਾ।
सो ये सारिया चीज़ा जिहड़ियां आने वाले टाइम के आर्थिकता नूं बहुत वड्डी सट वजेगी जिहड़ी कनेडा की आर्थिकता दोबारा अपने पैरों पर खड़े होने की कोशिश कर रही सी। बिल्कुल चीमा साहब, मेरे कुछ नज़दीकी दोस्त ट्रैकिंग लाइन के भी हैं, कुछ सी एन या सी पी रेल के भी काम करते हैं। उन्होंने डिपार्टमेंट ने काफ़ी लंबी छुट्टी रह दे के विद पे जी घर घर तो दिता है कि आने वाले नेड़े समय के जोड़ा है रेल आवाजाई ये संभव नहीं हो सकनी। तुसी गल की ट्रैकिंग की, तो ज्यों ही ये बारे खबर फैलनिया शुरू हुई कि इन्नी वड्डी पद्धर से हड़ आ रहे हैं, सड़कों के पुल ढह गए हैं, तो ट्रक कंपनियां ने उन्नी पैर ही ड्राइवरों को कहा कि तुसी अपने अपने शहर जिथों तुसी तुरे सीगे उधर नूं मुड़ जाओ, उत्थे ट्रक पार करके उन्हां दीआं 22 एयर दीआं टिकटां बुक कराईआं गईआं तां कि तुसी सुरक्षित अपने लोक घट्टो घट्ट अपने घरां विच तां पहुँच जावो। तुसी इकोनमी की गल की, वैसे चीमा साहब यह जो कुल आपां दा ध्यान करिए जी, वैसे कहिंदे ब्यूटीफुल ब्रिटिश कोलंबिया जी, पर जिवें कहिंदे नज़र लग गई आ जी बिल्कुल, ये हड़ वैसे आए ही क्यों, ये बारे कोई जानकारी? गरेवा साहब बहुत ही इंट्रस्टिंग स्टोरी है इस। वेखो जिहड़ा मेन हड़ आए ने फ्रेजर वैली च आए ने। फ्रेजर वैली जिहड़ी है, जे तुसीं तुहानूं जानदा आप जाते हैं जो बाई रोड जाते हैं तो तुसीं देखते हो कि कूका हिल के नाल नाल जो वैली शुरू होनी शुरू होंदी है, जो साइन आने शुरू होंदे होप सिटी दे आने शुरू होंदे, चिल्ली वैक दे आने शुरू, ये बहुत वड्डी एक फ्रेजर वैली है। इहदी हिस्टरी दे विच कहा जाता कि अड़ तो लगभग 8 मिलियन ईयर साल पहला एक इत्थे ग्लेशियर सीगा। अच्छा जी। ये फ्रेजर वैली जिहड़ी बिल्कुल बर्फ नाल ढकी हुई सी, सो समय के नाल नाल ज्यों ज्यों क्लाइमेट दे विच चेंज आउंदी गई, विंड दे नाल हौली हौली जिहड़ी बर्फ खुरदी गई, और एक टाइम इहो जिहा आया कि जिहड़ी बर्फ बिल्कुल खुरन तो बाद वैली बन गई। सो वैली दे विच एक साइड दे उत्ते जिहड़े पहाड़ सीगे, दूजे पासे वैली सीगी। सो लेकिन आपां जानदे हां कि जदों भी बारिश हुंदी सीगी तां जिहड़ा जिहड़े वैडल माउंटेन्स उहनां नूं कहा जांदा, जिहड़े पहाड़ ने, उन्हां पहाड़ों तो जिहड़ा पानी सीगा उह इह जिहड़ी वैली दे विच इकट्ठा होना शुरू हो गया। इत्थे एक लेक बन गई सी जिहनूं सुमस लेक कहिंदे आ। सो हिस्टरी विच इह कहा जांदा कि जिहड़ियां छोटियां छोटियां जिहड़ियां पहाड़ों तो जिहड़ियां नाले आउंदे सीगे वह पानी जिहड़ा सीगा इहदे विच बेस जिहड़ा सीगा बहुत वड्डी लेक बन गई। सो यह लेक जिहड़ी सीगी बाद दे विच जिहड़ी एक हिस्टरी दे विच फिर आउंदा वा कि जिहड़ा चिल्ली वैक रिवर सीगी उहदे नाल बहुत वड्डा एक आइस बैंक सीगा बर्फ दा, वह टुट गया तो वह सारी जी बर्फ सी वह भी ये आ गई, तो लेक का साइज होर वड्डा हो गया। और ये जी लेक सी फ्रेजर वैली जी रिवर हैगी कनैक्टड सी, और यह कहा जाता कि जेडे ये जो ये सुमस लेक सी तो यदा जरा तल स समुद्र के लैवल के बराबर सगा। सो हों की जदों का पानी फ्रेजर रिवर के आता सगा, क्योंकि फ्रेजर रिवर का जरा तल सगा वह इतों लेक तो उपर सगा, तो फ्रेजर रिवर का जोड़ा पानी सगा वह लेक चला जाता सगा, जे लेक दे विच पानी जिहड़ा वा ज़्यादा हुंदा सी तां ओह फ्रेजर रिवर दे विच चला जांदा सी। इहो जिहा इक कुदरत ने एक सिस्टम बनाया सीगा और बड़ा बड़ा वधिया उह सिस्टम चल रहा सीगा। सो इहदे इलावा जिहड़ी आ इक नू सौक रिवर होर हैगी आ जिहड़ी अमेरिका दे विच माउंट बेकर पहाड़ ने उहनां चों जिहड़ी वगदी सी जिहड़ी नॉर्थ नूं आउंदी सीगी जी, लेकिन समें दे आउण नाल की होया कि उह जिहड़ी नूकोस रिवर सीगी उहनें अपना जिहड़ा रुख जिहड़ा चेंज करके वह कनेडियन टैरिटरी तो पहला ही एक के सैमी सर्कल बना के पैसिफिक ओशन दे विच पै जांदी है। सो अज तो कुछ 100 साल पहला की गल है कि जो अपना यूरोप तो सैटलर इत्थे आउंदे आ फ्रेजर वैली दे विच, तां इह उत्थे सुमस लेक नूं जदों उन्होंने देखा तो उन्होंने ये पता सीगा कि ये लेक जिहड़ी है ये थले जिहड़ी जमीन हैगी है वह बड़ी उपजाऊ हैगी है। सो वह पानी नूं लायक नहीं सी करदे, लेकिन ये उत्ते जिहड़ा जे आपां हिस्टरी वेखे जाए जिवें आपां जानदे हां कि जिहड़ा नेटिवस दा ये लैंड सीगी उस सुमस लेक दे उत्ते नेटिवस वसे होए सीगे। सो इन्होंने की किया जिहड़े यूरोप तो सैटलरस आए, इन्होंने वह कोशिश की कि इतो पानी जिहड़ा आपां ड्रेन आउट करके तो इनू जिहड़ा वा लैंड नू यूज़ किया जाए एग्रीकल्चर वास्ते और रहन वास्ते। सो उन्होंने अज तो 100 साल पहला कुछ इंजीनियर्स ने प्लैन करके उत्थे जिहड़े पंप लाए गए, पंप राही उह जिहड़ा वैली दे विचों सारा इस लेक चों पानी जिहड़ा ड्रेन करके जिहड़ा तुहानूं मैं अगे दस्सिया फ्रेजर रिवर राही विच पा दिता गया, और ये एक बहुत ही उपजाऊ वैली बन गई जिथे फिर उन्होंने फार्म सैटअप किए। वो तुम देखो भी ये जो फार्म ने अज भी जरा जी ब्रिटिश कोलंबिया की जो मेजर शेयर है जेडे उन्होंने मिल्क प्रोडक्ट्स ने और पोल्ट्री है,
ਉਹਦਾ ਮੇਜਰ ਸ਼ੇਅਰ ਜਿਹੜਾ ਇਸ ਏਰੀਆ 'ਚ ਆਉਂਦਾ ਵਾ। ਸੋ ਲੇਕਿਨ ਹੁਣ ਜਿਹੜਾ ਇਹਦਾ ਰੇ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਕਨੈਕਟਡ ਹੈਗੀ ਆ ਫਰੇਜ਼ਰ ਰਿਵਰ ਦੇ ਨਾਲ। ਹੁਣ ਜਿਹੜਾ ਹੜ੍ਹਾਂ ਦਾ ਕਾਰਨ ਕੀ ਬਣਿਆ ਵਾ ਕਿ ਜਿਹੜਾ ਇੱਕਦਮ ਇੰਨੀ ਬਾਰਿਸ਼ ਹੋਈ ਆ ਜਿਹੜਾ ਫਰੇਜ਼ਰ ਰਿਵਰ ਦੇ ਵਿੱਚ ਜਿਹੜਾ ਪਹਾੜਾਂ ਤੋਂ ਜਿਹੜਾ ਪਾਣੀ ਆਇਆ ਕਿਉਂਕਿ ਫਰੇਜ਼ਰ ਰਿਵਰ ਇਸ ਵੈਲੀ ਤੋਂ ਜਿਹੜੀ ਉੱਪਰ ਵਗਦੀ ਹੈ ਜੀ। ਸੋ ਜਿੰਨਾ ਪਾਣੀ ਫਰੇਜ਼ਰ ਰਿਵਰ ਤੋਂ ਸੀਗਾ ਉਹ ਸਾਰਾ ਇਸ ਵੈਲੀ ਵੱਲ ਤੁਰ ਪਿਆ। ਔਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗੀ ਜਿਹੜੀ ਰਿਵਰ ਨੂਸੋਕ ਰਿਵਰ ਜਿਹੜੀ ਅਮੈਰੀਕਾ 'ਚ ਆਉਂਦੀ ਸੀਗੀ ਜਿਹਨੇ ਆਪਣਾ ਰੁੱਖ ਚੇਂਜ ਕਰਕੇ ਪੈਸੀਫਿਕ ਓਸ਼ਨ ਕਰ ਗਿਆ ਉਹਦੇ ਕਿਨਾਰਿਆਂ ਦੇ ਵਿੱਚ ਜਿਹੜਾ ਟੁੱਟ ਕੇ ਪਾਣੀ ਜਿਹੜਾ ਵਾ ਇਸ ਸੂਮਸ ਵੈਲੀ ਵੱਲ ਆਉਣਾ ਸ਼ੁਰੂ ਹੋ ਗਿਆ। ਸੋ 1800 ਸਾਲ ਪਹਿਲਾਂ ਜਿਹੜੇ ਉੱਥੇ ਇਹਨਾਂ ਨੇ ਪੰਪ ਲਾਏ ਸੀਗੇ ਪਾਣੀ ਨੂੰ ਡਰੇਨ ਆਊਟ ਕਰਨ ਵਾਸਤੇ ਉਹ ਅੱਜ ਤੋਂ ਕੁਝ ਸਾਲ ਪਹਿਲਾਂ 1984 ਦੇ ਵਿੱਚ 27 ਮਿਲੀਅਨ ਜਿਹੜਾ ਵਾ ਖਰਚਾ ਕਰਕੇ ਉਹ ਪੰਪ ਜਿਹੜੇ ਸੀਗੇ ਰਿਪਲੇਸ ਕਰਕੇ ਵੱਡੇ ਪੰਪ ਲਾ ਦਿੱਤੇ ਗਏ ਸੀਗੇ ਜੀ। ਉਹ ਪੰਪ ਜਿਹੜੇ ਗਰੇਵਾਲ ਸਾਹਿਬ 4 ਪੰਪ ਨੇ ਉੱਥੇ ਜਿਨ੍ਹਾਂ ਦਾ ਇਹੀ ਕੰਮ ਹੈ ਕਿ ਜਦੋਂ ਵੀ ਉਹ ਵੈਲੀ ਦੇ ਵਿੱਚ ਪਾਣੀ ਆਉਂਦਾ ਤਾਂ ਉਹ ਪਾਣੀ ਡਰੇਨ ਕਰਦੇ ਨੇ। ਇਹ ਆਮ ਤੌਰ 'ਤੇ ਕਿਹਾ ਜਾਂਦਾ ਕਿ ਸੰਨੀ ਡੇਜ ਦੇ ਵਿੱਚ ਸਿਰਫ ਇੱਕ ਪੰਪ ਦੀ ਲੋੜ ਪੈਂਦੀ ਹੈ। ਲੇਕਿਨ ਹੁਣ ਜਦੋਂ ਵੇਖੋ ਮੰਗਲਵਾਰ ਦੀ ਰਾਤ ਨੂੰ ਜਦੋਂ ਇਹ ਮੈਸੇਜ ਫਲੈਸ਼ ਕੀਤਾ ਗਿਆ ਕਿ ਇਹਨਾਂ ਨੂੰ ਸਭ ਤੋਂ ਵੱਡਾ ਡਰ ਇਹ ਪੈ ਗਿਆ ਕਿ ਜਦੋਂ ਸਾਰਾ ਪਾਣੀ ਫਰੇਜ਼ਰ ਵੈਲੀ ਤੋਂ ਉਸ ਜਿਹੜਾ ਸੂਮਸ ਵੈਲੀ ਆ ਉੱਧਰ ਨੂੰ ਉਹਦਾ ਰੁੱਖ ਹੋ ਗਿਆ ਕਿਉਂਕਿ ਪਾਣੀ ਨੇ ਤਾਂ ਨਿਮਾਣ ਵੱਲ ਜਾਣਾ ਵਾ। ਉਦੋਂ ਜਿਹੜੀ ਰਿਵਰ ਅਮੈਰੀਕਾ ਦੀ ਟੈਰੀਟਰੀ ਤੋਂ ਆ ਰਹੀ ਸੀਗੀ ਉਹਦਾ ਪਾਣੀ ਵੀ ਜਿਹੜਾ ਫਲੱਡ ਦਾ ਸਾਰਾ ਇੱਧਰ ਆਉਣਾ ਸ਼ੁਰੂ ਹੋ ਗਿਆ। ਸੋ ਇਹਨਾਂ ਨੂੰ ਸਭ ਤੋਂ ਵੱਡਾ ਡਰ ਇਹ ਪੈ ਗਿਆ ਸੀ ਕਿ ਜੇ ਪੰਪ ਪਾਣੀ ਦੇ ਵਿੱਚ ਆ ਜਾਂਦੇ ਆ ਤਾਂ ਪੰਪ ਫੇਲ ਹੋ ਜਾਣਗੇ ਤਾਂ ਜਿਹੜੀ ਇਹ ਵੈਲੀ ਅੱਜ ਵੈਲੀ ਬਣ ਗਈ ਆ ਜਿੱਥੇ ਖੇਤੀ ਕੀਤੀ ਜਾਂਦੀ ਹੈ ਇਹ ਸਾਰੀ ਫਿਰ ਦੁਬਾਰਾ ਲੇਕ ਬਣ ਜਾਏਗੀ। ਸੋ ਇਹਨਾਂ ਨੇ ਰਾਤੋਂ ਰਾਤ ਵਲੰਟੀਅਰ ਕੰਟਰੈਕਟਰ ਔਰ ਗੌਰਮੈਂਟ ਦੇ ਜਿਹੜੇ ਲੋਕ ਸੀ ਉਹਨਾਂ ਨੇ ਕਰਕੇ ਲਗਭਗ 40,000 ਜਿਹੜੇ ਸੈਂਡ ਬੈਗ ਨੇ ਉਹ ਆਲੇ ਦੁਆਲੇ ਉਹਨਾਂ ਦੀ ਦੀਵਾਰ ਬਣਾ ਕੇ ਉਹਨਾਂ ਨੂੰ ਹਾਲ ਦੀ ਕੜੀ ਉਹਨਾਂ ਪੰਪਾਂ ਨੂੰ ਜਿਹੜਾ ਵਾ ਪਾਣੀ ਤੋਂ ਬਚਾ ਲਿਆ ਵਾ। ਔਰ ਹੁਣ ਕੁਦਰਤੀ ਇਹ ਹੋਇਆ ਕਿ ਪਿਛਲੇ 2 ਦਿਨਾਂ ਤੋਂ ਜਿਹੜਾ ਪਾਣੀ ਆ ਬਾਰਿਸ਼ ਜਿਹੜੀ ਨਹੀਂ ਹੋਈ ਉਹ ਪਾਣੀ ਘੱਟ ਰਿਹਾ ਔਰ ਪੰਪ ਉਹ ਚੱਲ ਰਿਹਾ। ਇਨ ਕੇਸ ਅਗਰ ਦੁਬਾਰਾ ਬਾਰਿਸ਼ ਜ਼ਿਆਦਾ ਹੁੰਦੀ ਹੈ ਜਾਂ ਉਹ ਪੰਪ ਫੇਲ ਹੋ ਜਾਂਦੇ ਆ ਤਾਂ ਉਹ ਬਹੁਤ ਵੱਡਾ ਇੱਕ ਨਵਾਂ ਡਿਜ਼ਾਸਟਰ ਆਏਗਾ। ਔਰ ਦੂਜੇ ਮੈਂ ਤੁਹਾਨੂੰ ਇਹ ਦੱਸਦਾ ਕਿ ਆਲਰੇਡੀ ਇਹ ਜਿਹੜਾ ਨੈਚੁਰਲ ਡਿਜ਼ਾਸਟਰ ਹੈ BC ਦਾ ਜਿਹੜਾ ਫਲੱਡ ਦਾ ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਇਹਨੂੰ ਕਹਿ ਦਿੱਤਾ ਗਿਆ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਨੈਚੁਰਲ ਡਿਜ਼ਾਸਟਰ ਗਿਣਿਆ ਜਾਏਗਾ। ਕਿਉਂਕਿ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ 2016 ਦੇ ਵਿੱਚ ਫੋਰਟ ਮੈਕਮਰੀ ਦੇ ਵਿੱਚ ਜਿਹੜਾ ਮੇਨ ਆਇਲ ਦੀਆਂ ਕੰਪਨੀਆਂ ਦਾ ਜਿੱਥੋਂ ਤੁਹਾਨੂੰ ਯਾਦ ਹੈ ਕਿ ਆਪਾਂ ਆਇਲ ਨਿਕਲਦਾ ਉਹ ਸਾਰਾ ਸ਼ਹਿਰ ਸੜ ਗਿਆ ਸੀ। ਇਸ ਤੋਂ ਪਹਿਲਾਂ ਹਿਸਟਰੀ ਵਿੱਚ ਉਹ ਸੀਗਾ ਲੇਕਿਨ ਹੁਣ ਇਹ ਜਿਹੜਾ ਡਿਜ਼ਾਸਟਰ ਹੈ ਉਹਨੂੰ ਵੀ ਜਿਹੜਾ ਰਿਕਾਰਡ ਤੋੜ ਦੇਗਾ। ਚਿਮਨ ਸਾਹਿਬ ਅਕਸਰ ਜਿਹੜੇ ਜਾਂ ਅੰਡਰ ਡਿਵੈਲਪ ਜਾਂ ਡਿਵੈਲਪਿੰਗ ਕੰਟਰੀਜ਼ ਆ ਉੱਥੋਂ ਦੇ ਬਸ਼ਿੰਦਿਆਂ ਬਾਰੇ ਅਕਸਰ ਕਿਹਾ ਜਾਂਦਾ ਕਿ ਇਹ ਵਾਤਾਵਰਨ ਦੀ ਪਰਵਾਹ ਕੀਤੇ ਬਿਨਾਂ ਜੀ ਕੁਦਰਤ ਨਾਲ ਛੇੜਛਾੜ ਕਰਦੇ ਹਨ ਜਿਸ ਦੇ ਸਿੱਟੇ ਵਜੋਂ ਇਹ ਭੁਚਾਲ ਕਹਿ ਲਓ ਜਾਂ ਹੜ੍ਹ ਕਹਿ ਲਓ ਜਾਂ ਹੋਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਪਰ ਕੈਨੇਡਾ ਦਾ ਬਹੁਤ ਅਗਾਂਹ ਵਧੂ ਕਹਿੰਦੇ ਕੰਟਰੀ ਆ ਕਿ ਇੱਥੋਂ ਦਾ ਮਨੁੱਖ ਤਾਂ ਕਹਿੰਦੇ ਇੰਨਾ ਜਾਗਰਤ ਆ ਅਤੇ ਉਹ ਵੀ ਅਜਿਹੀਆਂ ਗਲਤੀਆਂ ਕਰ ਸਕਦਾ ਜਿਸ ਦੀ ਜਿਹੜੀ ਗਲਤੀਆਂ ਦਾ ਖਾਮਿਆਜ਼ਾ ਆਉਣ ਵਾਲੀਆਂ ਪੁਸ਼ਤਾਂ ਨੂੰ ਭੁਗਤਣਾ ਪਵੇ। ਦੇਖੋ ਗਰੇਵਾਲ ਸਾਹਿਬ, ਮੈਂ ਜਿਵੇਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਯੂਰੋਪੀਅਨ ਸੈਟਲ ਜਦੋਂ ਆਏ ਤਾਂ ਉਹਨਾਂ ਨੇ ਸਾਰਾ ਪਾਣੀ ਜਿਹੜਾ ਡਰੇਨ ਕਰਕੇ ਤਾਂ ਉਹਨੂੰ ਆਪਣੇ ਮਤਲਬ ਵਾਸਤੇ ਇਸ ਵੈਲੀ ਨੂੰ ਯੂਜ਼ ਕੀਤਾ ਐਗਰੀਕਲਚਰ ਵਾਸਤੇ। 2013 ਦੇ ਵਿੱਚ ਜਿਹੜਾ ਇੱਕ ਕਬੀਲਾ ਜਿਹੜਾ ਇਹ ਨੇਟਿਵਸ ਉੱਥੇ ਵਸੇ ਹੋਏ ਸੀਗੇ ਇਹਨਾਂ ਦੇ ਇੱਕ ਚੀਫ ਨੇ ਇੰਟਰਵਿਊ ਦਿੱਤੀ ਸੀ ਵੈਨਕੂਵਰ ਸਾਨੂੰ। ਉਹਦਾ ਇਹ ਕਹਿਣਾ ਸੀ ਕਿ ਸਾਰੀ ਦੀ ਸਾਰੀ ਲੈਂਡ ਸਾਡੇ ਕੋਲ ਖੋ ਲਈ ਗਈ, ਸਾਡੇ ਕੋਲ 1 ਇੰਚ ਵੀ ਨਹੀਂ ਦਿੱਤਾ ਗਿਆ। ਜਦਕਿ ਹਿਸਟਰੀ ਵਿੱਚ ਇਹ ਕਿਹਾ ਜਾਂਦਾ ਕਿ ਇਹ ਜਿਹੜੇ ਪਹਿਲੇ ਨੇਟਿਵ ਸੀਗੇ ਇਹ ਇਹਨਾਂ ਕੋਲ ਐਕਸੈਸ ਸੀਗਾ ਉਹ ਸਾਰਾ ਲੇਕ ਦਾ। ਉੱਥੇ ਬੜੇ ਵਧੀਆ ਪਿੰਡ ਵਸੇ ਹੋਏ ਸੀਗੇ ਲੇਕਿਨ ਟਾਈਮ ਦੇ ਉਹਨਾਂ ਨਾਲ ਇਹਨਾਂ ਨੇ ਜਿਹੜੇ ਯੂਰੋਪੀਅਨ ਤੋਂ ਸੈਟਲਰਸ ਆਏ ਇਹਨਾਂ ਨੇ ਉਹਨਾਂ ਨੂੰ ਉਜਾੜ ਦਿੱਤਾ ਔਰ ਆਪਣੇ ਹਿਸਾਬ ਨਾਲ ਦੇਖੋ ਇਹਨੂੰ ਲੈਂਡ ਨੂੰ ਯੂਜ਼ ਕੀਤਾ। ਹੁਣ ਤੁਸੀਂ ਪਿਛਲੇ 1 ਸਾਲ ਦੇ ਵਿੱਚ ਤੁਸੀਂ ਦੇਖ ਲਓ ਇਹ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਇਹ ਪ੍ਰੋਵਿੰਸ ਆ ਉਹਦੇ ਵਿੱਚ ਇਹ ਥਰਡ ਟਾਈਮ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ। ਤੁਹਾਨੂੰ ਯਾਦ ਹੋਊਗਾ ਕਿ ਸਮਰ ਦੇ ਵਿੱਚ ਜਦੋਂ ਰਿਕਾਰਡ ਹੀਟ ਪਈ ਸੀਗੀ, ਹੀਟ ਵੇਵ ਆਈ ਸੀ ਜਿਹਦੇ ਵਿੱਚ ਲਗਭਗ 600 ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਵਿੱਚ BC ਦੇ ਵਿੱਚ ਜਿਹੜੇ ਬੰਦੇ ਸੀਗੇ ਡੈਥ ਹੋ ਗਈ ਸੀ ਉਹਨਾਂ ਦੀ, ਉਦੋਂ ਇਹਨਾਂ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ। ਉਸ ਤੋਂ ਬਾਅਦ ਫਿਰ ਵਾਈਲਡ ਫਾਇਰਸ ਜਦੋਂ ਆਈਆਂ ਉਹ ਆਊਟ ਆਫ ਕੰਟਰੋਲ ਹੋ ਗਈਆਂ ਸੀਗੀਆਂ, ਸੈਕੰਡ ਐਮਰਜੈਂਸੀ ਉਦੋਂ ਡਿਕਲੇਅਰ ਕੀਤੀ ਗਈ ਔਰ ਆਹ ਜਿਹੜਾ ਫਲੱਡਸ ਆ ਇਹ ਥਰਡ ਐਮਰਜੈਂਸੀ ਆ। ਸੋ ਇਹ ਸਾਰੀਆਂ ਚੀਜ਼ਾਂ ਫਿਰ ਇਨਡਾਇਰੈਕਟਲੀ ਆਪਾਂ ਨੂੰ ਉਸ ਪਾਸੇ ਲੈ ਜਾਂਦੀਆਂ ਕਿ ਜਿਹੜਾ ਕਲਾਈਮੇਟ ਦੇ ਵਿੱਚ ਇਸ ਵੇਲੇ ਗੈਸਾਂ ਦਾ ਰਿਸਾਵ ਜਾਂ ਕਾਰਬਨ ਗੈਸਿਸ ਵੱਧ ਰਹੀਆਂ ਨੇ ਜਾਂ ਮਨੁੱਖ ਜਿਹੜਾ ਵਾ ਕੁਦਰਤ ਦੇ ਨਾਲ ਛੇੜਛਾੜ ਕਰ ਰਿਹਾ ਵਾ ਜਾਂ ਆਪਣੇ ਮਤਲਬ ਲਈ ਉਹ ਸਾਰਾ ਕੁਝ ਚੇਂਜ ਟੋਪੋਗ੍ਰਾਫੀ ਨੂੰ ਚੇਂਜ ਕਰ ਰਿਹਾ, ਉਹ ਤੁਸੀਂ ਵੇਖੋ ਕਿੰਨੀ ਜ਼ਿਆਦਾ ਕੰਸਟਰਕਸ਼ਨ ਹੋ ਰਹੀ ਆ
सो ये सारिया चीज़ा जड़िया ने मनुख न चाहे मतलब तरक्की का कर रहा वा लेकिन दूसरे पास जी कुदरत जी छेड़छाड़ की जा रही है वो करके जो सारा क्लाइमेट के उ जो असर पै रहा जिदे करके सारिया नैचुरल डिजास्टर द वर्ल्ड को किसी ना किसी हिस्से देखो तू जो मनुख में सामना करना पै रहा वा जी। तुसी देख रहे हो प्रोग्राम बियॉन्ड द हेडलाइन सुरखियां दे आर पार। एक ब्रेक लैने जी, वापस आके कुछ होर खबरों बारे करांगे विचार चर्चा। मिलते हैं एक ब्रेक तो बाद। ब्रेक तो बाद एक बार फिर आप सब का बहुत बहुत स्वागत। तुसी देख रहे हो प्रोग्राम बियॉन्ड द हेडलाइनस पंजाबी नैशनल टीवी ते। चिमन साहब, तुसी हड़ां दे विचारे उहदे कुदरती कारणां बारे बहुत ही विस्तार विच दस्सिया जी, ते साडे प्रोफेसर साहब डॉक्टर आत्म राज दा एक बड़ा प्यारा शेर सी, अजे तां जीउणा महंगा होया दोस्तो, अगले साली साहां ते वी कर लगना जी। सो जिस तरह कि ना महंगाई वध रही आ, इंज लगदा कि जिहड़ा मनुख दा हैगा साल दर साल साह लैणा औखा हो रिहा हैगा। कित्थे क पहुंची आ महंगाई? ते लखां डालर कमाउण वाले भी ये कहिंदे हन कि जिस तरीके नाल तनखाहां वधियां ने पर उदू डबल टप्पे मार दी महंगाई उदू गांह वधण दीआं कोशिशां कर रही आ। सो की हालात ने गरेवाल साहब? नो डाउट इस साल दे विच जिहड़ा हुण जिहड़ी लेटेस्ट फिगर आई है जिहड़ी स्टैटिस्टिक्स कैनेडा दा जिहड़ा कंज्यूमर प्राइस इंडैक्स जिहनूं आपां CPI कहिंदे आ शॉर्ट दे विच, उहदे विच जिहड़ा अक्तूबर दे रिजल्ट आए उहदे विच जिहड़ी महंगाई की दर है जिहड़ी उह 4.7 नूं जिहड़ा वो टच कर गई है, जिहड़ा कि 2003 फरवरी तो बाद एक नवां रिकॉर्ड है जी। और ये जिहड़ी तुसीं अगर तुसीं नोट करो तो इस साल 2021 दे विच अप्रैल तो लैके लगातार ये 7वां महीना वा जिहड़ा, ये भी एक नवां रिकॉर्ड है। इस तो पहला 2003 दे विच लगातार 6 महीने महंगाई की दर वधी सीगी, लेकिन ये जिहड़ा लगा ये 7वां महीना हो गया अक्तूबर दे विच जिहदे विच अपना जिहड़ा कंज्यूमर प्राइस इंडैक्स है जे तुहानूं याद होगा सितंबर दे विच 4.3 सीगा, अर कि 0.4 वध के जिहड़ा 4.7 ते पहुँच गया। इहदे विच जिहड़ा सब तो वड्डा गरेवाल साहब ये वेखण च आ रहा कि जिहड़े फूड दे प्राइसिस ने वह आउट ऑफ कंट्रोल हुंदे जा रहे ने जी। जिहड़ियां मेन देखो कैनेडा दीआं दो जिहड़े फूड दीआं चेन्स हैगीआं ने जिहड़े उन्हां ने अपनियां हुण बुधवार दी इक जिहड़ा उन्हां ने क्वार्टरली अनाउंस कीता वा, उन्होंने जी प्रोजैक्शनस की जिस लोबला तो मैट्रो दो बिग कंपनियां ने जिन्हें मेजर चे फूड चेन्स ने कैनेडा भर के, उन्हों का यह कहना वा कि जोड़ा फूड दे द मेन रीज़न की हो रहा जो फूड के प्राइसिस क्यों बद रहे हैं, मेन है एक तो लेबर की शॉर्टेज है, एक जरा जिमें आप पहला जिक्र किया कि जी इन्नी ज़्यादा गर्मी पई है वो करके जी पुअर हारवेस्ट हुई है, तीसरा जरा सप्लाई के प्रॉब्लम आ रही है जिमें हूँ आप जिक्र किया कि जे फ्लड आ गए फ्लड के करके जरा काफ़ी जरा माल जरा रुक गया वा ब्रिटिश कोलंबिया तो, यह सारिया चीज़ा जगह ने फूड के नो डाउट। फूड तो अलावा जरा एक होर है वह है एनर्जी के प्राइसिस, तुम देखा होगा कि आप गैस स्टेशन से पिछले साल के मुकाबले अपने जो गैस के प्राइसिस ने 50% तो ज़्यादा वध गए ने, सो गैस और नैचुरल गैस दोनों चीज़ों के प्राइस वधन करके जिहड़ा ये बास्केट है जिहदे विच डिफरेंट डिफरेंट आइटम जिहनूं कंज्यूमर प्राइस आपां इंडेक्स कहिंदे आ जिहदे विच सारा कुछ आ जांदा वा जी, उहदे विच जिहड़ा लगातार जिहड़ा वाधा जिहड़ा वा हुंदा जा रिहा वा उहदे करके। हुण दूजी गल इह आ कि देखो जिहड़ा लोबला दा चीफ फाइनैंशियल ऑफिसर है उहने कल एक प्रैस कॉन्फ्रेंस 'च कहा सीगा कि जिहड़ा जो अज लोकां नूं नज़र आ रिहा वा इंटरनली इस तों वध महंगाई जिहड़े उहनां दे इंटरनल पैरामीटरस ने वो ये कह रहे हैं कि इस तो वध महंगा माल जिहड़ा वो खरीद रहे हैं, लेकिन वो कह रहे कि अभी कोशिश कर रहे हैं कि अजे भी सप्लायर के नाल नैगोशिएट करके एक जिहड़ा उन्होंने मतलब प्राइस नूं घट तो घट वधाया जाए। लेकिन देखो हुंदा ये है कि जे मान लो ये महंगाई जिहड़ी आ जिवें मैं तुहानूं अगे कहा कि लगातार 7वां महीना वा, अगर ये महंगाई रुकदी नहीं तो उहदे नाल की होएगा जिहड़े सप्लायरस ने वो किन्ना क चिर जिहड़ा वा तुहाडा प्रैशर सह सकणगे अल्टीमेटली, क्योंकि सप्लायर दे विच जिहड़े इंपलाइज़ काम कर रहे हैं जदों भी तुहाडियां महंगाई वधदी है तो हमेशा डिमांड आउंदी है कि वेजिस वधाइया जा, जे वेजिस वधनगियां तो मतलब जिहड़े उहनां दी कॉस्ट ऑफ प्रोडक्शन वध जाएगी, तो जे कॉस्ट ऑफ प्रोडक्शन वधेगी तो नैचुरली वो जिन्हां नूं वो माल सप्लाई कर रहे हैं सप्लायर उन्हां नूं कहणगे भी साडे रेट वधाए जाण जी। तो इस करके जिहड़ा ये बड़ा वड्डा एक क्राइसिस है इस वेले कैनेडा की सारे वर्ल्ड दे विच वेख्या जा रहा कि जिहड़ी महंगाई की दर है हर दुनिया के हर हिस्से वधदी जा रही है, उहदे करके हुण देखो बैंक ऑफ कैनेडा का जिहड़ा टिफ मैकैलम का यह कहना जिहड़ा गवर्नर जिवें कि पहला इंडीकेशन आ रहे सीगे
कि आ हो सकता है कि जिहड़े रेट ऑफ इंट्रस्ट हमेशा महंगाई में चैक करके करन दा इको तरीका होंदा कि रेट ऑफ इंट्रस्ट नूं वधाया जांदा ताकि लोगों को जिहड़ा वा जिहड़ी पैसे खर्चन की कपैसिटी जिहड़ी उहनूं घटाया जाए क्योंकि जे तुहाडे उह मेरे को पैसे सौखे होणगे तां अहीं वध तों वध खर्चांगे जाके जे अपनी बोरविंग महंगी हो जाएगी तो आपां घट पैसा खर्चांगे लेकिन दूसरे पास जिहड़े ये फ्लड आ गए जिहदे करके मैं आपां अगे वी जिक्र किया कि हो सकता है कनेडा की इकोनमी नूं बड़ी वड्डी सट वजे और दूजे पासे उहदे करके हो सकता है कि बैंक ऑफ कैनेडा फिर दोबारा सोचने मजबूर हो जाए कि जिहड़े उन्होंने पहला अनाउंस किया भी हो सकता है अप्रैल 2022 दे विच रेट ऑफ इंट्रस्ट जिहड़े ओवरनाइट लैंडिंग रेट्स ने वो वध सकदे ने उन्हां विच हो सकता है कि उन्होंने फिर दोबारा सोचना पै सकता कि यही रेट ऑफ इंट्रस्ट ना वधाईए क्योंकि इकोनमी जिहड़ी है अजे भी जिहड़ियां लेबर जिहड़ियां रिपोर्ट्स आ रही ने वह कह रही ने कि अजे भी जिहड़ी इकोनमी है पूरी तरह अपने पैरों पर खड़ी नहीं हो सकी तो ये सारिया चीज़ा इस महंगाई ने भी जरा देखो लक तोड़ दिता आम आदमी का और रेट ऑफ इंट्रस्ट अगर कल बढ़ जाता बोरविंग की कॉस्ट बढ़ जाती तो वो एक डबल इंपैक्ट पेगा सो ये सारिया चीज़ा जड़िया ने एक आम आदमी की लाइफ में जरा होर औखा कर दिया जा रही ने। जी चिमन साहब गुआढ़ी मुल्क के सबका राष्ट्रपति डोनाल्ड ट्रंप जिनी देर राज करते रहे जी कनेडा नाले संबंध बड़े सुखावे नहीं रहे जी गाहे बगाहे बखरे बखरे मुद्दों उपर कनेडा का पेचा पैंदा रहा तो ज्यों ही जो बाइडन ने राष्ट्रपति की कमान संभाली तो क्या सारियां यह सीगियां कि शायद हुण जिहड़ा एक कनेडा ते अमरीका के संबंधों का जिहड़ा सुनहरी युग शुरू होने जा रहा है जी पर पिछले कुछ महीनों के दौरान पहला डिप्टी प्राइम मिनिस्टर कनेडा के अमेरिका जाके आए ने ते हुण ट्रूडो साहब अमेरिका के दौरे ते ने जी कि जो इस तरह के चक्कर ज़्यादा बजन लग जा तो लगता है हुंदा जाना संबंध बहुते चंगे आ बहुत ही माड़े आ जी की हालात ने देखो गरेवाल साहब अज जिवें आपां इंटरव्यू कर रहे हैं तो इस वेले जिहड़े जस्टिन ट्रूडो ने उन्हां दी जिहड़ी वाइस प्रेजिडेंट कमला हैरिस उहदे नाल मीटिंग चल रही है उस तो पहला सवेरे जिहड़ी इन्हां दी जो बाइडन दे नाल मीटिंग हुई सीगी उहदे विच जिहड़ा उधर दूसरे पासे मैक्सीको दे राष्ट्रपति भी उत्थे ने और इन्हां दी फिर तिन्नां दी इक जॉइंट मीटिंग होण जा रही है ये जिहड़ा मेजर इशू आ रहा वा देखो आप जानते हैं कि इन्हां तिन्नां कंट्रियां विच जिहड़ा नॉर्थ अमेरिकन ट्रीटी हैगी आ जिहदे विच इन्हों टैरिफ नहीं ला सकते एक दूसरे को लेकिन हुण जो जो बाइडन प्रेजिडेंट बनते हैं इस साल जनवरी के जो उन्होंने सहु चुकी है जी तो उन्होंने पहला अनाउंस किया एक ट्रिलियन का इंफ्रास्ट्रक्चर फंड जिहड़ा वा वह लैण जा उन्होंने कहा कि इंफ्रास्ट्रक्चर के क्योंकि इकोनमी नूं बूम दे करन वास्ते उहदे विच पैसा जिहड़ा लाया जाएगा ब्रिजिस बनाए जाएंगे या होर इंफ्रास्ट्रक्चर दीज़ा बनाई जाएगी लेकिन उन्होंने एक शर्त रखी थी भी वह उन्होंने कहना सगा अमेरिकन कंपनियां प्रमोट किया जाएगा इंफ्रास्ट्रक्चर अलावा जो हम नव जितो इन्हों का आपस के नव वाद विवाद शुरू होया वो एक लैजिस्लेशन है जो कि हूँ इस वे कांग्रेस के कोल है जिते अगर वो पास हो जाता वा तो वो गरेवाल साहब इन्होंने ये किया वा कि जड़िया इलैक्ट्रिक वहीकल्स जारा बन गई फ्यूचर जो बन रही ने वो लैजिस्लेशन ये कह रहा कि अगर अमेरिकन लोग वो कारा अमरीका दंपनी जारा अमरीका बनिया हो अगर वह खरीदते हैं तो उन्होंने क्रैडिट के रूप में $12,500 US जरा वो क्रैडिट दिता जाएगा यानी कि उन्होंने एक सेल इंसेंटिव दिता जाएगा सो उदे करके की हो रहा है कि देखो आप जानते हैं कि जड़ी मेजर इंडस्ट्री हैगी जी इकोनमी है जिमें जिन्नी मेजर आटो सैक्टर कंपनियां ने जो कारा बनाने वाली ने उन्होंने प्लांट जोड़े आ मैक्सीको और कनेडा के लगे हुए हैं अगर यहोजा अगर लैजिस्लेशन कांग्रेस पास कर देती है उस तो बाद सैनेट में जाता वा और सैनेट तो बाद फिर फाइनली जो बाइडन अगर उसे साइन कर देंगे ने तो वह एक बहुत व्डा जरा वा सैटबैक होएगा जी कार इंडस्ट्री के प्लांट यूनिट जोड़े कनेडा या मैक्सीको लगे हुए हैं सो अज पहला क्रिस्टिया फ्रीलैंड का भी मेन रीजन उत्थे जाता यो कि लॉबिंग कर रहे थे कि इस लैजिस्लेशन के चेंज लिया जाए कि घट्टो घट्ट उहदे विच लिख दिता जाए कि कनेडा उहदे विच इनकलूडेड हैगा लेकिन अज की जिहड़ी सवेरे प्रेस कॉन्फ्रेंस सीगी उहदे विच जो बाइडन जो ये क्वेश्चन पूछा गया कि तुसी इहो जिहा कोई सोच रहे हो कि जिवें ट्रूडो वालों तुहाडे ते प्रैशर पाया जा रहा जां कनेडा वालों चिंता जाहिर की जा रही है कि जे कोई इहो जिहा लैजिस्लेशन पास हो जाता तो उहदे नाल जिहड़ी साडी जिहड़ी कार इंडस्ट्री आ उहदे ते बड़ी वड्डी हिट वजेगी तो जो बाइडन ने बड़ा डिप्लोमैटिकली कहा कि लैट्स सी पहला कांग्रेस पास करती है कि नहीं करती उस तो बाद देखा जाएगा
ਸੋ ਉਹਨਾਂ ਨੇ ਜਿਹੜਾ ਉਹ ਕੁਐਸਚਨ ਸੀ ਡਾਇਵਰਟ ਕਰਕੇ ਦੁਬਾਰਾ ਉਹਨੂੰ ਫਿਰ ਜਿਹੜਾ ਬ੍ਰਿਟਿਸ਼ ਦੇ ਫਲੱਡ ਨਾਲ ਜੋੜਨੀ ਸ਼ੁਰੂ ਕੀਤੀ ਕਿ ਦੇਖੋ ਜੀ ਇਲੈਕਟ੍ਰਿਕ ਵਹੀਕਲਸ ਦਾ ਇੱਕ ਸਮੇਂ ਦੀ ਜ਼ਰੂਰਤ ਹੈ, ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਆ ਕ੍ਰਾਈਸਿਸ ਜਿਹੜਾ ਫਲੱਡ ਦਾ ਆਇਆ ਵਾ ਇਹ ਸਾਰਾ ਕਲਾਈਮੇਟ ਦੇ ਨਾਲ ਰਿਲੇਟਡ ਆ। ਸੋ ਉਹਨਾਂ ਨੇ ਕੋਈ ਗੋਲਮੋਲ ਜਵਾਬ ਦਿੱਤਾ, ਲੇਕਿਨ ਹੁਣ ਜਸਟਿਨ ਟਰੂਡੋ 'ਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ ਕਿ ਉਹ ਕਿਵੇਂ ਜਾ ਕੇ ਜੋ ਬਾਈਡਨ ਉੱਤੇ ਆਪਣਾ ਜਿਹੜਾ ਪ੍ਰੈਸ਼ਰ ਬਣਾ ਕੇ ਕੋਸ਼ਿਸ਼ ਕਰਦੇ ਆ ਕਿ ਇਹਦੇ ਵਿੱਚ ਜਿਹੜਾ ਵਾ ਕੈਨੇਡਾ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਜਾਏ ਕਿ ਜੇ ਕਾਰਾਂ ਕੈਨੇਡਾ ਦੇ ਵਿੱਚੋਂ ਵੀ ਉਹ ਖਰੀਦਦੇ, ਜਿਹੜੀਆਂ ਕਾਰਾਂ ਇਲੈਕਟ੍ਰੋਨਿਕ ਕੈਨੇਡਾ ਵਿੱਚ ਬਣੀਆਂ ਨੇ, ਅਗਰ ਅਮੈਰੀਕਨ ਉਹ ਵੀ ਖਰੀਦੇ ਤਾਂ ਉਹਨਾਂ ਨੂੰ ਵੀ $12,000 ਦਾ ਜਿਹੜਾ ਕ੍ਰੈਡਿਟ ਮਿਲੇਗਾ। ਲੇਕਿਨ ਇਹ ਅਜੇ ਤੱਕ ਇਹਦੇ ਬਾਰੇ ਕੋਈ ਸ਼ੋਰਟੀ ਨਹੀਂ ਹੋਈ ਕਿ ਨਵਾਂ ਜਿਹੜਾ ਵਾਦ ਵਿਵਾਦ ਜਿਹੜਾ ਇਹਨਾਂ ਕੰਟਰੀਆਂ ਦੇ ਵਿੱਚ ਸ਼ੁਰੂ ਹੋ ਗਿਆ। ਚਿਮਾ ਸਾਹਿਬ, ਮੇਰੇ ਖਿਆਲ 'ਚ ਅੱਜ ਹੀ ਮੈਂ ਖਬਰ ਪੜ੍ਹੀ ਸੀ ਕਿ ਜਿਹੜੀ ਚਾਈਨਾ ਦੀ ਇਕੋਨਮੀ ਨੇ ਅਮੈਰੀਕਾ ਦੀ ਇਕੋਨਮੀ ਨੂੰ ਓਵਰਟੇਕ ਸੱਚਮੁੱਚੀ ਕਰ ਲਿਆ ਹੈ। ਜੀ ਬਿਲਕੁਲ ਜੀ, ਜਿਹੜੇ ਆ ਨਵੀਆਂ ਲੇਟੈਸਟ ਫਿਗਰਸ ਆਈਆਂ ਨੇ, ਦੇਖੋ 2000 ਦੇ ਵਿੱਚ ਜਿਹੜੀ ਸਭ ਤੋਂ ਵੱਧ ਅਗਰ ਗਰੋਥ ਕਿਸੇ ਨੇ ਕੀਤੀ ਹੈ ਵਰਲਡ ਦੇ ਵਿੱਚ ਕਿਸੇ ਇਕੋਨਮੀ ਤੋਂ, ਉਹ ਚਾਈਨਾ ਨੇ ਕੀਤੀ ਹੈ। ਜੋ ਅੱਜ ਦਾ ਐਸਟੀਮੇਟ ਹੈ ਲਗਭਗ 450 ਟ੍ਰਿਲੀਅਨ ਦਾ ਜਿਹੜੀ ਵਰਲਡ ਜਿਹੜੀ ਇਕੋਨਮੀ ਜਿਹੜੀ ਆ ਉਹ ਪਹੁੰਚ ਗਈ ਹੈ, ਔਰ ਜਿਹਦੇ ਵਿੱਚ ਚਾਈਨਾ ਜਿਹੜਾ ਵਾ ਇਸ ਵੇਲੇ USA ਨੂੰ ਕ੍ਰੋਸ ਕਰਕੇ ਨੰਬਰ 1 ਬਣ ਗਿਆ। ਕਿਉਂਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਚਾਈਨਾ ਇੱਕ ਬਹੁਤ ਵੱਡਾ ਸਪਲਾਇਰ ਆ ਸਾਰੇ ਵਰਲਡ ਦੇ ਵਿੱਚ। ਔਰ ਤੁਸੀਂ ਦੇਖੋ ਜਿਵੇਂ ਮੈਂ ਪਿੱਛੇ ਜਿਹੇ ਇੱਕ ਆਰਟੀਕਲ ਵੀ ਲਿਖਿਆ ਸੀਗਾ ਜਿਹਦੇ ਵਿੱਚ ਮੈਂ ਕਿਹਾ ਸੀਗਾ ਬੜਾ ਵੱਡਾ ਇੱਕ ਐਨਰਜੀ ਕ੍ਰਾਈਸਿਸ ਵਰਲਡ ਦੇ ਵਿੱਚ ਆ ਚੁੱਕਾ ਵਾ, ਜਿਹਦੇ ਕਰਕੇ ਜਿਹੜੀਆਂ ਚਾਈਨਾ ਦੀਆਂ ਫੈਕਟਰੀਆਂ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਪਾਵਰ ਜਿਹੜੀ ਆ ਉਹ ਘਟਾਉਣੀ ਪੈ ਰਹੀ ਹੈ ਕਿਉਂਕਿ ਕੋਲੇ ਤੋਂ ਜ਼ਿਆਦਾ ਲਾਈਟ ਬਣਦੀ ਹੈ। ਲੇਕਿਨ ਸਟਿਲ ਇਹਨਾਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਚਾਈਨਾ ਵਾ ਇੰਨਾ ਸਟਰੋਂਗਲੀ ਇਸ ਵੇਲੇ ਇਕੋਨਮੀ ਦੇ ਵਿੱਚ ਲੀਡ ਕਰ ਰਿਹਾ ਵਾ ਕਿ ਉਹਨਾਂ ਨੇ USA ਵਰਗੀ ਜਿਹੜੀ ਸੁਪਰ ਪਾਵਰ ਸੀ ਉਹਨੂੰ ਵੀ ਪਿੱਛੇ ਛੱਡ ਦਿੱਤਾ ਵਾ। ਸੋ ਲੱਗਦਾ ਵੀ ਜਿਹੜਾ ਅਮੈਰੀਕਾ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰ ਲਓ ਜਾਂ ਆਪਣੇ ਪ੍ਰੋਡਕਟ ਨੂੰ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈਗਾ, ਇਹਦੇ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਵੀ ਉਹਨਾਂ ਨੂੰ ਚਾਈਨਾ ਦੀ ਇਕੋਨਮੀ 'ਤੇ ਖਤਰਾ ਜਿਹਾ ਮਹਿਸੂਸ ਹੋਣ ਲੱਗ ਹੋ ਰਿਹਾ ਹੈ। ਨਹੀਂ, ਇਹ ਗਰੇਵਾਲ ਸਾਹਿਬ ਦੇਖੋ, ਜੇ ਤੁਸੀਂ ਆਪਾਂ ਆਪਣੇ ਸੋਰੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਆਪਾਂ ਗੱਲ ਕਰ ਰਹੀ ਹਾਂ ਨਰਿੰਦਰ ਮੋਦੀ ਦੀ, ਤਾਂ ਤੁਹਾਨੂੰ ਪਤਾ ਕਿ ਪਿੱਛੇ ਜੇ ਇਹਨਾਂ ਨੇ ਵੀ ਇੱਕ ਕੰਪੇਨ ਚਲਾਈ ਸੀਗੀ ਮੇਡ ਇਨ ਇੰਡੀਆ। ਇਹ ਹਰ ਕੰਟਰੀ ਵੱਲੋਂ ਜਿਹੜਾ ਵਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੀਆਂ, ਕਿਉਂਕਿ ਜਦੋਂ ਵਰਲਡ ਵਾਈਡ ਸਾਰੀ ਇਕੋਨਮੀ ਜਦੋਂ ਪੈਰਾਂ 'ਤੇ ਖਲੋਤੀ ਨਹੀਂ, ਕਿਉਂਕਿ ਕੋਵਿਡ ਨੇ ਬਹੁਤ ਵੱਡੀ ਹਿੱਟ ਮਾਰੀ ਹੈ ਇਕੋਨਮੀ ਨੂੰ, ਤੋ ਹਰ ਪੋਲੀਟੀਕਲ ਲੀਡਰਸ਼ਿਪ ਦਾ ਇਹ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਲੋਕਾਂ ਨੂੰ ਖੁਸ਼ ਕੀਤਾ ਜਾਵੇ ਜਾਂ ਆਪਣੀ ਇੰਡਸਟਰੀ ਨੂੰ ਜਿਹੜਾ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਵੇ ਐਜ਼ ਕੰਪੇਅਰ ਟੂ ਅਦਰ। ਸੋ ਜੋ ਬਾਈਡਨ ਦਾ ਮੇਨ ਚਾਈਨਾ ਨਾਲ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਮੇਨ ਹੈਗਾ ਕਿ ਜਿਹੜੀਆਂ ਮੈਂ ਆਪਣੇ ਲੋਕਾਂ ਦੇ ਵਿੱਚ ਜਿਹੜੀਆਂ ਜੋਬਸ ਕ੍ਰੀਏਟ ਕਰਾਂ ਤਾਂ ਕਿ ਐਜ਼ ਏ ਮੈਂ ਹਿਸਟਰੀ ਵਿੱਚ ਮੈਨੂੰ ਇੱਕ ਬਹੁਤ ਵਧੀਆ ਰਾਸ਼ਟਰਪਤੀ ਦੇ ਤੌਰ 'ਤੇ ਜਿਹੜਾ ਵਾ ਉਹ ਜਾਣਿਆ ਜਾਵੇ। ਸੋ ਉਹਦਾ ਮੇਨ ਰੀਜ਼ਨ ਇਹੀ ਹੈਗਾ ਕਿ ਉਹ ਆਪਣੀ ਜਿਹੜੀ ਆ ਇੰਡਸਟਰੀ ਆ ਉਹਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ, ਜਿਹਦੇ ਕਰਕੇ ਉਹ ਇਹੋ ਜਿਹਾ ਜਿਹੜੇ ਲਿਆ ਰਹੇ ਆ ਕਿ ਅਗਰ ਕੱਲ੍ਹ ਨੂੰ ਬ੍ਰਿਜਸ ਬਣਦੇ ਆ ਇਨਫਰਾਸਟਰਕਚਰ 'ਚ 1 ਟ੍ਰਿਲੀਅਨ ਅਗਰ ਉਹ ਐਡ ਕਰਦੇ ਆ ਪਾਸ ਹੋ ਜਾਂਦਾ ਵਾ ਤਾਂ ਉਹ ਬਹੁਤ ਵੱਡਾ ਅਮਾਊਂਟ ਹੋਏਗਾ $1 ਟ੍ਰਿਲੀਅਨ US ਦਾ, ਜਿਹਦੇ ਕਰਕੇ। ਲੇਕਿਨ ਉਹਦੇ ਵਿੱਚ ਸ਼ਰਤਾਂ ਇਹੀ ਹੋਣਗੀਆਂ ਕਿ ਉਹ ਅਮੈਰੀਕਨ ਕੰਪਨੀ ਨੂੰ ਕੰਟਰੈਕਟ ਮਿਲ ਗਿਆ, ਕੈਨੇਡੀਅਨਸ ਨੂੰ ਉਹਨਾਂ ਤੋਂ ਵਾਂਝਾ ਰੱਖਿਆ ਜਾਵੇ। ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ, ਸੁਰੱਖਿਆ ਦੇ ਆਰ ਪਾਰ। ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਫਿਰ ਵਾਪਸ ਆਉਂਦੇ ਹਾਂ, ਕੁਛ ਹੋਰ ਖਬਰਾਂ 'ਤੇ ਕਰਦੇ ਆ ਵਿਚਾਰ ਚਰਚਾ। ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਪੰਜਾਬੀ ਨੈਸ਼ਨਲ TV 'ਤੇ ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਅੱਜ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਗੱਲਬਾਤ ਜਤਿੰਦਰ ਚੀਮਾ ਜੀ ਹੋਣਾ ਚੱਲ ਰਹੀ ਆ, ਅਤੇ ਕੁਝ ਗੱਲਾਂ ਬਾਤਾਂ ਕਰ ਰਹੇ ਹਾਂ ਨੌਰਥ ਅਮੈਰੀਕਾ ਦੇ ਕੰਟਰੀਜ਼ ਦੀਆਂ ਅਤੇ ਉਹਨਾਂ ਦੇ ਆਪਸੀ ਆਰਥਿਕ ਪੱਧਰ 'ਤੇ ਪੈਦਾ ਸੰਬੰਧਾਂ ਦੀਆਂ। ਜਤਿੰਦਰ ਚੀਮਾ, ਜਿਨ੍ਹਾਂ ਨੂੰ ਤੁਸੀਂ ਰੇਡੀਓ ਸੁਰ ਸੰਗਮ ਦੇ ਜ਼ਰੀਏ ਜਾਂ ਪੰਜਾਬੀ ਨੈਸ਼ਨਲ ਵੀਕਲੀ ਅਖਬਾਰ ਦੇ ਜ਼ਰੀਏ ਸੁਣਦੇ ਅਤੇ ਪੜ੍ਹਦੇ ਹੋ, ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ TV ਦੇ ਰਾਹੀਂ ਵੀ ਕੁਛ ਤੁਹਾਡੇ ਨਾਲ ਅਜਿਹਾ ਕੁਛ ਸਾਂਝਾ ਕਰੀਏ ਜਿਹੜਾ ਤੁਹਾਡੇ ਨਾਲ ਆਰਥਿਕ ਤੌਰ 'ਤੇ ਤੁਹਾਨੂੰ ਇੱਕ ਜਾਗਰੂਕਤਾ ਤਾਂ ਪੈਦਾ ਕਰੇ ਹੀ, ਅਤੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਵੀ ਤੁਸੀਂ ਸੁਚੇਤ ਹੋ ਕੇ ਰਹੋ, ਅਤੇ ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਬਾਰੇ ਕੁਛ ਠੋਸ ਉਪਰਾਲੇ ਕਰ ਸਕੋ। ਜਿਵੇਂ ਸਾਹਿਬ, ਅਕਸਰ ਰੀਸਟੇਟ ਬਾਰੇ ਆਪਾਂ ਗੱਲ ਕਰਦੇ ਰਹਿੰਦੇ ਹਾਂ ਜੀ, ਅਤੇ ਜੀ ਨਵੇਂ ਘਰ ਬਣ ਰਹੇ ਨੇ, ਇੰਨੀ ਇਕੋਨਮੀ ਬੂਮ ਕਰ ਰਹੀ ਆ, ਬਹੁਤ ਇਮੀਗ੍ਰੈਂਟਸ ਆ ਰਹੇ ਨੇ, ਬਹੁਤ ਮੂਵ ਹੋ ਰਹੇ ਨੇ ਕੈਲਗਰੀ, ਅਤੇ ਕੀ ਕੋਈ ਅਜਿਹੀ ਰਿਪੋਰਟ ਵੀ ਆਈ ਆ ਵੀ ਜਿਹਦੇ ਕਹਿੰਦੇ ਵੀ ਇੰਨੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਘਰ ਨੇ ਕੈਨੇਡਾ ਦੇ ਵਿੱਚ ਖਾਲੀ ਪਏ ਨੇ? ਜੇ ਇੰਨੀ ਵੱਡੀ ਮਾਤਰਾ 'ਚ ਖਾਲੀ ਪਏ ਨੇ ਅਤੇ ਫਿਰ ਨਵੇਂ ਕੋਈ ਬਣ ਰਹੇ ਆ? ਗਰੇਵਾਲ ਸਾਹਿਬ, ਜਿਹੜੀ ਇਹ ਰਿਪੋਰਟ ਆਈ ਹੈ ਬੜੀ ਰੋਚਕ ਰਿਪੋਰਟ ਹੈ। 0.2 ਹੋਮਸ ਇੱਕ ਇਹੋ ਜਿਹੀ ਏਜੰਸੀ ਆ ਜਿਹਨੇ ਰਿਪੋਰਟ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ
ये क्या कि कनेडा भर के जड़े इस वे आलमोस्ट 1.3 मिलियन यानी लगभग 13 लाख के करीब यहोजे घर ने जिन्हें कोई नहीं रह रहा जां कोई रह नहीं रहा जां टैंपरेरी उन्होंने कोई रह रहा वा। सो तुसीं देखो जिस कंट्री दे विच इस वेले घरां दी प्राइस जिहड़े आ साडे कंट्रोल विच नहीं आ रहे, गौरमेंट फैडरल गौरमेंट प्रोविंशियल गौरमेंट कई तरह के तरीके लिया के चैक चाह रही है कि इन्हां प्राइस नूं चैक किया जाए, लेकिन प्राइस जिहड़े आ रुकण दा नां नहीं रह रहे। सो उस उहो जे सिचुएशन दे विच एक 13 लाख दे करीब जिहड़े कि टोटल जिहड़े जे मैं गल करां कि टोटल कनेडा दे विच घरां दी जिन्नी घर इस वेले अवेलेबल ने उन्हां दा 8.7% बनता है, यानी कि 8.7% जिहड़े घर जिहड़े उह खाली पए ने। सो ये जिहड़ी उन्होंने वर्ल्ड वाइड जिहड़ी रिपोर्ट जारी की उहदे विच जिहड़ा कनेडा दा नंबर हैगा वा ਉਹ ਪਹਿਲੇ 10 ਦੇ ਵਿੱਚ ਹੈਗਾ ਵਾ ਜਿਹੜੇ ਸਭ ਤੋਂ ਵੱਧ ਜਿਹੜੇ ਘਰ ਖਾਲੀ ਪਏ ਨੇ ਪੂਰੇ ਵਰਲਡ ਪੂਰੇ ਵਰਲਡ ਦੇ ਵਿੱਚ। ਉਹ ਸਭ ਤੋਂ ਜ਼ਿਆਦਾ ਜ਼ਿਆਦਾ ਵਾ ਜਿਹੜੇ ਪਹਿਲੇ 3 ਕੰਟਰੀਆਂ ਦੇ ਵਿੱਚ ਜਪਾਨ ਔਰ ਹੰਗਰੀ ਹੈਗਾ ਔਰ ਸਾਈਪ੍ਰਸ ਹੈਗਾ ਵਾ ਜਿਹੜੇ ਜਿੱਥੇ ਜਿਹੜਾ ਵੈਕੈਂਸੀ ਰੇਟ 10% ਤੋਂ ਉੱਪਰ ਹੈ। ਔਰ ਜੇ ਕਿਉਂਕਿ ਅਮਰੀਕਾ ਵਰਗੀ ਇਕਨੋਮੀ ਬਹੁਤ ਵੱਡੀ ਹੈ ਜਿੱਥੇ ਉੱਥੇ ਲਗਭਗ 15 ਲੱਖ ਦੇ ਕਰੀਬ ਜਿਹੜੇ ਘਰ ਜਿਹੜੇ ਨੇ ਉਹ ਖਾਲੀ ਪਏ ਹੋਏ ਨੇ। ਲੇਕਿਨ ਜੇ ਹੁਣ ਆਪਾਂ ਕੈਨੇਡਾ ਵਰਗੇ ਦੀ ਗੱਲ ਕਰੀਏ, ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਪ੍ਰਾਈਸ ਦਾ ਵਧਣ ਦਾ ਰੀਜ਼ਨ ਇਹ ਹੈਗਾ ਕਿ ਸਪਲਾਈ ਬਹੁਤ ਸ਼ਾਰਟ ਹੈ। ਅੱਜ ਆਪਾਂ ਰੀਸੇਲ ਘਰਾਂ ਦੀ ਗੱਲ ਕਰੀਏ ਤਾਂ ਲਿਸਟਿੰਗਸ ਬਹੁਤ ਘੱਟ ਆ ਰਹੀਆਂ ਨੇ, ਜਿਹਦੇ ਕਰਕੇ ਡਿਮਾਂਡ ਬਹੁਤ ਜ਼ਿਆਦਾ ਵਾ ਅਤੇ ਪ੍ਰਾਈਸ ਜਿਹੜੀਆਂ ਨੰਬਰ ਆਫ ਜਿਹੜੀਆਂ ਬਿਲਡਿੰਗਸ ਜ਼ਿਆਦਾ ਹੋ ਰਹੀਆਂ ਨੇ। ਸੋ ਇਹ ਅਗਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਸਾਡੀ ਪਾਲਿਸੀ ਜਿਹਦੇ ਵਿੱਚ ਕੋਈ ਇਹੋ ਜਿਹੇ ਨੁਕਸ ਹੈਗੇ ਨੇ ਜਿਨ੍ਹਾਂ ਕਰਕੇ ਜਿਹੜੇ ਇੰਨੇ ਵੱਡੇ ਮਾਤਰਾ 'ਚ ਜਿਹੜੇ ਹੁਣ ਇਕਨੋਮਿਕਸ ਦਾ ਇਹ ਕਹਿਣਾ ਵਾ ਕਿ ਘਰ ਖਾਲੀ ਹੋਣ ਦਾ ਇੱਕੋ ਰੀਜ਼ਨ ਹੋ ਸਕਦਾ ਵੀ ਇਨਵੈਸਟਰਸ ਨੇ ਉਹ ਘਰ ਇਨਵੈਸਟ ਕੀਤਾ ਹੋਇਆ, ਲੇਕਿਨ ਉਹ ਸਪੈਕੂਲੇਸ਼ਨ ਇਹ ਕਰ ਰਿਹਾ ਕਿ ਆਉਣ ਵਾਲੇ ਟਾਈਮ 'ਚ ਜਦੋਂ ਇਹ ਘਰ ਵੱਧ ਜਾਣਗੇ ਫਿਰ ਆਪਾਂ ਇਹਨਾਂ ਨੂੰ ਵੇਚਾਂਗੇ। ਸੋ ਦੂਜੇ ਪਾਸੇ ਦੇਖੋ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਹੋਮਲੈਸ ਵੀ ਹੈਗੇ ਨੇ। ਆਮ ਇਕਨੋਮਿਕਸ ਦਾ ਕਹਿਣਾ ਅਗਰ ਇਹਨਾਂ ਦੇ ਵਿੱਚੋਂ 9% ਘਰ ਵੀ ਜਿਹੜੇ ਆ ਉਹਨਾਂ ਹੋਮਲੈਸ ਨੂੰ ਦੇ ਦਿੱਤੇ ਜਾਣ ਤਾਂ ਜਿਹੜੀ ਹੋਮਲੈਸ ਜਿਹੜੇ ਆ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਕੈਨੇਡਾ ਦੇ ਵਿੱਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸ਼ੋ ਕਰ ਰਹੀਆਂ ਨੇ ਕਿ ਅੱਜ ਵੀ ਜਿਹੜਾ ਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰਕੀਟ ਦੇ ਰੀਅਲ ਸਟੇਟ ਵਿੱਚ ਇਹੋ ਜਿਹੇ ਸਪੈਕੂਲੇਟਰ ਬੈਠੇ ਹੋਏ ਨੇ ਜਿਹੜੇ ਇਹ ਸੋਚ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਘਰਾਂ ਨੂੰ ਹੋਲਡ ਕੀਤਾ ਜਾਵੇ। ਨੋ ਡਾਊਟ ਤੁਸੀਂ ਜਿਵੇਂ ਕਿ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਯਾਰ ਕਿ ਫੈਡਰਲ ਬਜਟ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ 1 ਜਨਵਰੀ 2022 ਜਦੋਂ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਜਿਹੜੇ ਘਰ ਖਾਲੀ ਹੋਣਗੇ ਉਹਨਾਂ ਉੱਤੇ 1% ਜਿਹੜਾ ਟੈਕਸ ਲੱਗਣ ਜਾ ਰਿਹਾ ਵਾ ਐਕਸਟਰਾ ਬਿਲਕੁਲ। ਲੇਕਿਨ ਦੂਜੇ ਪਾਸੇ ਜਿਹੜੀ ਪ੍ਰਾਈਸ ਗਰੋਥ ਆ ਦੇਖੋ ਉਹ 11 ਤੋਂ 12% ਜੇ ਅਗਰ ਤੁਹਾਡੇ ਪ੍ਰਾਈਸ ਵਧਣੇ ਸ਼ੁਰੂ ਹੋ ਜਾਂਦੇ ਆ ਤਾਂ ਸਪੈਕੂਲੇਟਰ ਨੂੰ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਇਹੋ ਜਿਹਾ 1% ਵਾਲਾ ਲਾ ਹੁੰਦਾ ਕੋਈ ਉਹਨਾਂ ਨੂੰ ਇਫੈਕਟ ਕਰੇਗਾ ਜੀ। ਸੋ ਇਹ ਬਹੁਤ ਵੱਡੀ ਇੱਕ ਨਵੀਂ ਪ੍ਰੋਬਲਮ ਹੈਗੀ ਆ ਕਿ ਇਹ ਜਿਹੜੀ ਇੰਨੀ ਵੱਡੀ ਮਾਤਰਾ 'ਚ ਜਿਹੜੇ ਘਰ ਖਾਲੀ ਪਏ ਨੇ ਇਹਨਾਂ ਦਾ ਕੀ ਕੀਤਾ ਜਾਵੇ ਜੀ। ਅਤੇ ਚੀਮਾ ਸਾਹਿਬ ਰੇਮੰਡ ਵੋਂਗ ਜੀ ਇਹ ਕੌਣ ਨੇ ਜੀ, ਇਹਨਾਂ ਦੇ ਬਾਬਤ ਕਹਿੰਦੇ ਕੋਈ ਪਟੀਸ਼ਨ ਹੈ ਜਿਹਦੇ ਅੱਜ ਕੱਲ੍ਹ ਬੜੇ ਚਰਚੇ ਹੋ ਰਹੇ ਆ? ਦੇਖੋ ਗਰੇਵਾਲ ਸਾਹਿਬ, ਰੇਮੰਡ ਵੋਂਗ ਇੱਕ ਉਹ ਔਰਤ ਹੈਗੀ ਆ ਜਿਹੜੀ ਇੱਕ ਹਾਊਸ ਐਕਟੀਵਿਸਟ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਨੂੰ ਬਿਲੋਂਗ ਕਰਦੀ ਹੈ। ਜਿਵੇਂ ਕਿ ਮੈਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਵੇਕੈਂਟ ਘਰਾਂ ਦੀ, ਤਾਂ ਰੇਮੰਡ ਵੋਂਗ ਨੇ ਸਮੇਂ ਸਮੇਂ ਉੱਤੇ ਬੜੀ ਵੱਡੀ ਆਵਾਜ਼ ਉਠਾਈ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਇਹਨਾਂ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚੋਂ ਬਾਹਰ ਹੋ ਗਏ ਨੇ। ਸੋ ਉਹਦਾ ਇਹ ਕਹਿਣਾ ਵਾ ਕਿ ਉਹਨੇ 2021 ਵਿੱਚ ਇਸ ਸਾਲ ਦੇ ਵਿੱਚ ਇੱਕ ਪਟੀਸ਼ਨ ਲਿਆਂਦੀ ਸੀ ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਜਿਹੜਾ ਬੈਂਕ ਆਫ ਕੈਨੇਡਾ ਦੀ ਜਿਹੜੀ ਇੰਟਰਸਟ ਰੇਟ ਪਾਲਿਸੀ ਹੈਗੀ ਆ ਉਹ ਹਮੇਸ਼ਾ ਇਨਫਲੇਸ਼ਨ ਨੂੰ ਵੇਖ ਕੇ ਜਿਹੜਾ ਰੇਟ ਆਫ ਇੰਟਰਸਟ ਘਟਾਉਂਦੇ ਵਧਾਉਂਦੇ ਨੇ, ਲੇਕਿਨ ਇਨਫਲੇਸ਼ਨ ਦੇ ਵਿੱਚ ਜਿਹੜੇ ਉਹਨਾਂ ਨੇ ਪੈਰਾਮੀਟਰਸ ਰੱਖੇ ਹੋਏ ਨੇ ਉਸ ਪਟੀਸ਼ਨ ਦੇ ਵਿੱਚ ਉਹਨੇ ਇਹ ਮੰਗ ਕੀਤੀ ਸੀਗੀ ਕਿ ਉਹਦੇ ਵਿੱਚ ਜਿਹੜੇ ਹਾਊਸਿੰਗ ਦੇ ਪ੍ਰਾਈਸ ਹੈਗੇ ਨੇ ਉਹਨਾਂ ਨੂੰ ਵੀ ਬੈਂਕ ਆਫ ਕੈਨੇਡਾ ਨੂੰ ਉਹਦੇ ਨਾਲ ਜੋੜਨਾ ਚਾਹੀਦਾ ਵਾ ਕਿ ਜੇ ਘਰਾਂ ਦੇ ਪ੍ਰਾਈਸ ਵੱਧਦੇ ਨੇ ਤਾਂ ਰੇਟ ਆਫ ਇੰਟਰਸਟ ਜਿਹੜਾ ਵਾ ਉਹ ਵਧਣਾ ਚਾਹੀਦਾ ਵਾ ਤਾਂ ਕਿ ਮਾਰਕੀਟ ਦੇ ਵਿੱਚ ਲੋਕਾਂ ਨੂੰ ਡਿਸਕਰਜ ਕੀਤਾ ਜਾਵੇ ਜੇ ਕਿਉਂਕਿ ਜੇ ਬੋਰੋਵਿੰਗ ਜਿਹੜੀ ਆ ਸਸਤੀ ਹੋਏਗੀ ਤਾਂ ਨੈਚੁਰਲੀ ਲੋਕ ਇਨਵੈਸਟ ਜ਼ਿਆਦਾ ਕਰਦੇ ਆ। ਸੋ ਤੁਸੀਂ ਹੈਰਾਨ ਹੋਵੋਗੇ ਕਿ ਉਸ ਪਟੀਸ਼ਨ ਨੂੰ ਵਿਦ ਇਨ ਵੀਕ ਜਿਹੜੇ ਆ ਈ ਪਟੀਸ਼ਨ ਸੀਗੀ ਉਹਨੂੰ 550 ਦੇ ਕਰੀਬ ਜਿਹੜੇ ਸਾਈਨ ਹੋ ਗਏ ਔਰ ਇਹ ਕੈਨੇਡਾ ਦਾ ਲਾਅ ਹੈਗਾ ਕਿ ਜਦੋਂ ਵੀ 550 ਦੇ ਕਰੀਬ ਸਾਈਨ ਹੋ ਜਾਂਦੇ ਆ ਤਾਂ ਉਹ ਜਿਹੜੀ ਪਟੀਸ਼ਨ ਹੈ ਉਹ ਜਿਹੜੇ ਹਾਊਸ ਆਫ ਕਾਮਨਸ ਦੇ ਵਿੱਚ ਰੀਡੇਬਲ ਹੁੰਦੀ ਆ ਜੀ। ਸੋ ਜਿਹੜੀ ਉਹਦੇ ਵਿੱਚ ਜਿਹੜੀ ਮੇਨ ਡਿਮਾਂਡ ਜਿਹੜੀ ਉਸ ਪਟੀਸ਼ਨ ਦੇ ਵਿੱਚ ਜਿਹੜੀ ਆ ਰੇਮੰਡ ਵੋਂਗ ਨੇ ਕੀਤੀ ਸੀ ਉਹਦੇ ਵਿੱਚ ਉਹਨੇ ਕਿ ਪਹਿਲਾ ਇਸ਼ੂ ਇਹ ਉਠਾਇਆ ਸੀਗਾ ਕਿ ਉਹ ਜਿਹੜੇ ਮੇਨ ਚਾਰਟਰਡ ਬੈਂਕ ਨੇ ਕੈਨੇਡਾ ਦੇ, ਜਿਵੇਂ ਆਪਾਂ ਗੱਲ ਕਰਦੇ ਕਿ 6 ਮੇਜਰ ਬੈਂਕਸ ਨੇ ਜਿਹੜੇ ਕਿ ਫਾਈਨੈਂਸਿੰਗ ਦੇ ਰਹੇ ਨੇ ਜਾਂ ਮੋਰਗੇਜ ਦੇ ਰਹੇ ਨੇ, ਉਹਨਾਂ ਨੇ ਕਿਹਾ ਕਿ ਉਹਨਾਂ ਉੱਤੇ ਕੈਪ ਲੱਗਣੀ ਚਾਹੀਦੀ ਆ
कि वो एक साल के इस तो वो जरा वा रेजीडेंशियल मॉर्गेज जड़िया नहीं दे सकते जी। सैकंड उन्हें डिमांड ये लाई सी पटीशन कि जी जो क्रैडिट जरा वा टाइट करना चाहिए। वह मतलब यह है कि इनवैसटर्स जो आप एक प्राइमरी होम तो बाद सैकंड इनवैसटमेंट करते हैं जो इनवैसटमेंट होम तो वो घट्टो घट्ट जी डाउन पेमेंट है वो 40% करनी चाहिए है। तो जी थर्ड मेन उन्हें जी जी डिमांड सी ये सी कि जो आप अगे भी कई बार जिक्र किया क्वानटीटेटिव ईजिंग जिदे बैंक ऑफ कैनेडा जरा वा मार्केट के बोंड बाइंग करता वा बैंक्स तो और गौरमेंट तो उन्हें कहा कि यह जरा अनकनवैशनल मोनिटरी पॉलिसी रूल हैगा वा ये जरा वा घर के प्राइस में वधाने बहुत वड्डा हिस्सा पा रहा वा जी। क्योंकि जदों ईजी मनी लोगों को आ जाता वा तो वह की कहता कहती भी ये जे एसेट्स के रेट वधने शुरू हो जाते हैं और जेडे क्वानटीटेटिव ईजिंग की होंगे वा आर्टिफिशियली रेट ऑफ इंट्रस्ट लो रखता वा। सो लेकिन वेखो जरा क्यों ही जरा मोनिटरी जरा टूल हैगा वा बैंक ऑफ कैनेडा नो डाउट ये उत्ते बहुत औखा होएगा कि इनू नहीं बंद किया जा सकता। लेकिन वो पटीशन का असर यह होएगा कि आने वाले टाइम के हो सकता जिमें स्ट्रैस टैसट में आप याद है कि जो पिछले अप्रैल इस साल वो पटीशन आई उस तो बाद स्ट्रैस टैसट वधा दिता गया पटीशन एक डिमांड यह भी सी कि लोगों की जो क्वालीफाइंग है वह जरा वधाना चाहिए वा स्ट्रैस टैसट में वधाना चाहिए जी कि उदो इनडायरैक्टली डिमांड जी गवर्नमेंट ने जी मन ली सी जी। ये रेमंड जी वोंग वो होम एक्टिविस्ट है हाउस एक्टिविस्ट है गरेवाल साहब जी तुम्हें याद होगा जो 2016-17 ओंटारियो और ब्रिटिश कोलंबिया विच घरां दी मार्केट दे विच बड़ा वड्डा जंप आया सीगा ते इन्हें उदों सब तो पहला ये डिमांड जिहड़ी रखी सीगी जिहड़े घर जिहड़े लोकां ने घर खाली रखे हुए उन्हां ते टैक्स लाउणा चाहीदा तो उदों भी लोकां ने बड़ा इहनूं इक हासो ही ना कहा भी ये पॉसीबल ही नहीं हो सकता। लेकिन बाद च देखो ब्रिटिश कोलंबिया ने भी और टोरोंटो ने भी जिहड़ा वा ये रूल बना दिता सीगा कि जिहड़े खाली घरां ते टैक्स लगणगे और हुण ये वो ही जी रेमंड वोंग है जी उदों की जी जी पटीशन से अज जरा फैडरल गवर्नमेंट 1 जनवरी तो नैशनल पॉलिसी बना के उन्होंने घर उत्ते टैक्स लाने जा रही है जी। तो ये इस टो जी रेमंड वोंग ने समय समय उत्ते काफ़ी वधिया तरीके लोगों जरा वा ये डिमांड जी है पटीशन के राही लिया है कि घर के प्राइसों किवें चैक किया जा सकता कनेडा जी। चीमा साहब कैलगरी की रियल स्टेट की रिपोर्ट है जी। गरेवाल साहब कैलगरी की रियल स्टेट की रिपोर्ट है तो ही बिलीव नहीं करोगे कि कैलगरी की रियल स्टेट मार्केट कितने खड़ी नहीं हो रही प्राइस लगातार बढ़ते जा रहे हैं लिस्टिंग्स आ नहीं रही तो ही बिलीव नहीं करोगे कि हुण कैलगरी की रियल स्टेट मार्केट के भी वो आप सिचुएशन बड़ी जल्दी वेखन जा रहे हैं जिदे अनकंडीशनल जड़िया ने ऑफरस जाणगियां क्योंकि नंबर ऑफ लिस्टिंग्स घटन के करके बायर्स बहुत ज़्यादा मार्केट के इस वेले आ गया वा इनवैसटर बहुत ज़्यादा टोरोंटो और बीसी तो इनवैसटर जरा इस मार्केट में देख रहा इस अलावा जो फर्स्ट टाइम होम बायर्स ने वो भी वड्डी गिनती दे विच घर खरीदना चाहते हैं नो डाउट जिहड़े उन्हां प्रोविंस दे विच लोग घर तो खरीदने तो वांझे रह गए सीगे वो भी जड़े आ कैलगरी नूं मूव हो रहे ने वो इस सारियां चीज़ां करके जिहड़ी कैलगरी दी रियल स्टेट मार्केट है इस वेले बहुत तेजी के नाल जी प्राइस जड़े वधदे जा रहे हैं जी। चीमा साहब स्टूडियो आने लई बहुत बहुत धन्यवाद। उम्मीद करते हैं कि अगले प्रोग्राम दे विच कुछ होर खबरों उपर विचार चर्चा करांगे। बहुत बहुत शुक्रिया गरेवाल साहब। इस सन जतेंद्र चीमा जिन्होंने तुसीं रेडियो सुर संगम के जरिए पंजाबी नैशनल वीकली अखबार के जरिए तो पंजाबी नैशनल टीवी के जरिए सुनते हो पढ़ते हो तो देखते हो। प्रोग्राम बियॉन्ड दी हेडलाइंस इत्थे समाप्त करन दी दिओ जी आग्या। अगली बारी कुछ नवीं खबरां ते विचार चर्चा लैके फिर हाज़र होवांगे। तुसीं देखते रहो पंजाबी नैशनल टीवी। उम्मीद तुहाडी कोशिश साडी। सत श्री अकाल जी।